ਅਸੀਂ ਬੇਟਾ ਕਿੰਨੇ ਚਿਰ ਦਾ ਕਹਿ ਰਹੇ ਹਾਂ, ਬਹੁਤ ਚਿਰ ਦਾ ਕਹਿ ਰਹੇ ਹਾਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਕੋਈ ਵਹੀਕਲ 2-ਵੀਲਰ ਜਾਂ 4-ਵੀਲਰ ਨਹੀਂ ਚਲਾਉਣਾ, ਤੁਸੀਂ ਫਿਰ ਚਲਾ ਰਹੇ ਹੋ। ਇਹ ਬੇਟਾ ਤੁਹਾਡਾ ਗਿਫਟ ਹੈ, ਇਹ ਤਿਆਰ ਹੋ ਗਿਆ ਬੇਟਾ ਜੀ, ਜਿਹਦੀ ਮਰਜ਼ੀ ਸਿਫਾਰਿਸ਼ ਕਰਾ ਲਓ, ਜੋ ਮਰਜ਼ੀ ਕਰਾ ਲਓ, ਤੁਸੀਂ ਚਲਾ ਸਕਦੇ ਹੋ। ਇਹ ਛੋਟਾ ਹੈ, ਇਹ ਨਹੀਂ ਚਲਾ ਸਕਦਾ। ਇਹ ਨਹੀਂ ਕਿ ਤੁਸੀਂ ਪੁਲਿਸ ਨੂੰ ਦੇਖ ਕੇ ਜੀ, ਇਹਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਕੀਤੀ ਜਾਵੇਗੀ। ਮਾਨਯੋਗ SSP ਸਾਹਿਬ ਵੱਲੋਂ ਸਾਨੂੰ ਬਹੁਤ ਸਖਤ ਹਦਾਇਤਾਂ, ਮੈਂ ਤੁਹਾਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਇਹ ਹੁਣ ਜਿਹੜੀ ਆਦਤ ਬੱਚਿਆਂ ਨੂੰ ਪਈ ਹੈ ਜਾਂ ਪੇਰੈਂਟਸ ਨੂੰ ਪਈ ਹੈ ਕਿ ਬੱਚਿਆਂ ਨੂੰ ਭੇਜ ਦਿਓ ਵਹੀਕਲ ਦੇ ਕੇ, ਪੁਰਾਣੀ ਆਦਤ ਪਈ ਇਹਨੂੰ, ਜਾਂਦੇ ਜਾਂਦੇ ਟਾਈਮ ਤਾਂ ਲੱਗੂਗਾ, ਪਰ ਇਹ ਇੱਕਦਮ ਹੁਣ ਖਤਮ ਕੀਤੀ ਜਾਊਗੀ। ਬੱਚੇ ਦਾ ਜੀਵਨ ਵੀ ਖਤਰੇ 'ਚ ਹੈ, ਅਤੇ ਜਿਹੜਾ 25,000 ਰੁਪਇਆ ਜੁਰਮਾਨਾ ਅਤੇ 3 ਸਾਲ ਦੀ ਜਿਹੜੀ ਜਦੋਂ ਕੈਦ ਹੋਊਗੀ। ਹੁਣ ਵੀ ਆਪਾਂ ਇੱਕ ਬੱਚੇ ਦਾ ਵਿੱਚ ਚਲਾਨ ਕੱਟਿਆ, ਕੱਲ੍ਹ ਵੀ ਕੱਟੇ ਆ, ਬੜੀਆਂ ਸਿਫਾਰਿਸ਼ਾਂ ਪਾ ਰਿਹਾ, ਤਰ੍ਹਾਂ ਤਰ੍ਹਾਂ ਦੀ ਸਿਫਾਰਿਸ਼ਾਂ ਪਾ ਰਿਹਾ ਜੀ, ਇਹਨੂੰ ਕੁਝ ਕੀਤਾ ਜਾਵੇ, ਇਹ ਬਿਲਕੁਲ ਕੁਛ ਨਹੀਂ ਹੋਣਾ ਜਿਹੜਾ ਚਲਾਨ ਕੱਟਿਆ ਗਿਆ। ਇਹ 'ਤੇ ਜੋ ਐਕਸ਼ਨ ਹੈ ਉਹ ਲੀਗਲ ਐਕਸ਼ਨ ਲਿਆ ਜਾਣਾ। ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਛੋਟੇ ਬੱਚਿਆਂ ਨੂੰ ਨਾ ਭੇਜੋ ਇੰਨੀ ਗਰਮੀ ਦੇ ਵਿੱਚ, ਇੰਨੀ ਧੁੱਪ ਦੇ ਵਿੱਚ। ਜਦੋਂ ਕੋਈ ਰਸ਼ ਵਹੀਕਲ ਕੋਈ ਇੱਕਦਮ ਆਉਂਦਾ, ਛੋਟੇ ਬੱਚੇ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦੇ, ਆਪਣੀ ਜਾਨ ਜਿਹੜੀ ਆ ਖਤਰੇ ਵਿੱਚ ਪਾਉਂਦੇ ਆ। ਪਲੀਜ਼ ਪੇਰੈਂਟਸ ਨੂੰ ਰਿਕੁਐਸਟ ਹੈ, ਆਪ ਬੱਚਿਆਂ ਨੂੰ ਸਕੂਲੇ ਲੈ ਕੇ ਆਓ, ਆਪ ਛੱਡ ਕੇ ਆਓ, ਨਹੀਂ ਤਾਂ ਉਹਨਾਂ ਨੂੰ ਸਾਈਕਲ ਲੈ ਦਿਓ, ਉਹ ਆਰਾਮ ਨਾਲ ਜਾਣ ਅਤੇ ਆਰਾਮ ਨਾਲ ਆਉਣ। ਭਗਤ ਜੀ, ਜੇਕਰ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਜਿਹੜੇ ਜਾਗਰੂਕਤਾ ਕੈਂਪ ਲਗਾਏ ਗਏ ਜਾਂ ਵਾਰਨਿੰਗ ਦਿੱਤੀਆਂ ਗਈਆਂ, 20 ਦਿਨ ਦਾ ਟਾਈਮ ਵੀ ਲਗਾਇਆ ਗਿਆ ਇਸ ਜਿਹਨੂੰ ਸੋਧ ਦੇ ਵਿੱਚ, ਪਰ ਕਿਤੇ ਨਾ ਕਿਤੇ ਅਣਦੇਖੀ ਹੱਲੇ ਵੀ ਲਗਾਤਾਰ ਜਾਰੀ ਹੈ, ਹੁਣ ਕਿੱਦਾਂ ਦੀ ਸ਼ਕਤੀ ਦੇ? ਅਜੇ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਨਾ ਕਿ ਜਿਹੜੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਇੱਦਾਂ ਦੀਆਂ ਆਦਤਾਂ ਪਈਆਂ, ਉਹ ਹੁਣ ਜਾਣ ਲੱਗਿਆਂ ਥੋੜ੍ਹਾ ਟਾਈਮ ਲੱਗੂਗਾ। ਹੁਣ ਦੋ ਚਾਰ ਦਿਨ ਦੇ ਵਿੱਚ, ਜਿੱਦਾਂ ਹੁਣ ਅੱਜ ਚਲਾਨ ਕੱਟੇ ਆ, ਕੱਲ੍ਹ ਚਲਾਨ ਕੱਟੇ ਆ, ਇਹ ਲਗਾਤਾਰ ਕੱਟਦੇ ਰਹਿਣਗੇ, ਤਾਂ ਪੇਰੈਂਟਸ ਨੇ ਆਪਣੇ ਆਪ ਹੀ ਬੰਦ ਕਰ ਦੇਣਾ। ਤੁਸੀਂ ਇਹਦਾ ਰਿਜ਼ਲਟ ਦੇਖੋਗੇ 14-9 ਤੋਂ ਬਾਅਦ 'ਚ, 14-9 ਤੋਂ ਬਾਅਦ ਜਦੋਂ ਸਜਾਵਾਂ ਹੋਣੀਆਂ, 25-25,000 ਰੁਪਇਆ ਜੁਰਮਾਨਾ ਹੋਣਾ ਪੇਰੈਂਟਸ ਨੂੰ, ਫਿਰ ਇਹਨਾਂ ਨੂੰ ਪਤਾ ਲੱਗਣਾ ਵੀ ਅਸੀਂ ਜਿਹੜੀ ਅਵੇਅਰਨੈਸ ਕਰਦੇ ਸੀ ਉਹ ਇਸੇ ਕਰਕੇ ਕਰਦੇ ਸੀ ਵੀ ਇਸ ਚੀਜ਼ ਤੋਂ 25,000 ਰੁਪਇਆ ਜੁਰਮਾਨਾ ਅਤੇ 3 ਸਾਲ ਜਿਹੜੀ ਕੈਦ ਹੋਣੀ ਹੈ, ਇਹ ਤੋਂ ਬਚਿਆ ਜਾਵੇ। ਪਰ ਜਿਹੜੇ ਨਹੀਂ ਹਟ ਰਹੇ ਉਹ ਜ਼ਰੂਰ ਇਸ ਚੀਜ਼ ਦਾ ਜਿਹੜਾ ਗਿਫਟ ਹੈ ਲੈਣਗੇ ਉਹ।